ਸਾਸੀਗਲ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਪਟਿਆਲਾ ਪੁਲਿਸ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਹੈ। ਸਮਾਣਾ ਦੇ ਰਹਿਣ ਵਾਲੇ ਰਜਿੰਦਰ ਸਿੰਘ ਦੇ 25 ਲੱਖ ਦੀ ਕੀਮਤ ਵਾਲੇ ਘਰ ਨੂੰ ਸੀਜ਼ ਕਰ ਦਿੱਤਾ ਗਿਆ ਹੈ। DSP ਧਾਲੀਵਾਲ ਨੇ ਕਿਹਾ ਕਿ ਆਰੋਪੀ ਰਜਿੰਦਰ ਸਿੰਘ ਕੋਲੋਂ 2021 ਦੇ ਵਿੱਚ ਤਕਰੀਬਨ 7000 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਪੁਲਿਸ ਨੇ ਉਸ ਦੌਰਾਨ ਇਸ ਉੱਤੇ NDPS ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਕਿਹਾ ਸੀ ਕਿ ਇਸ ਦੌਰਾਨ ਅਸੀਂ ਇਹ ਜਾਂਚ ਕੀਤੀ ਕਿ ਪਿਛਲੇ 5 ਸਾਲਾਂ ਦੇ ਦੌਰਾਨ ਇਸ ਨੇ ਕਿਹੜੀ ਕਿਹੜੀ ਜਾਇਦਾਦ ਬਣਾਈ ਸੀ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਆਰੋਪੀ ਨੇ ਸਮਾਣਾ ਦੇ ਵਿੱਚ ਇੱਕ ਘਰ ਖਰੀਦਿਆ ਸੀ। ਇਸ ਦੀ ਜਾਣਕਾਰੀ ਸੰਬੰਧਿਤ ਪ੍ਰਸ਼ਾਸਨ ਨੂੰ ਦੇ ਦਿੱਤੀ ਸੀ, ਜਿਸ ਦੇ ਚੱਲਦੇ ਹੋਏ ਸਾਨੂੰ ਦਿੱਲੀ ਤੋਂ ਇਸ ਮਕਾਨ ਨੂੰ ਸੀਜ਼ ਕਰਨ ਦੇ ਆਰਡਰ ਆ ਗਏ ਸਨ ਤੇ ਹੁਣ ਅਸੀਂ ਇਸ ਨੂੰ ਸੀਜ਼ ਕਰਕੇ ਨਗਰ ਨਿਗਮ ਨੂੰ ਇਤਲਾਹ ਦੇ ਦੇਵਾਂਗੇ ਤੇ ਇਹ ਮਕਾਨ ਵੇਚ ਨਹੀਂ ਸਕਦਾ। ਕਹਿ ਸਕਦੇ ਹਾਂ ਕਿ ਪੁਲਿਸ ਨੇ ਹੁਣ ਨਸ਼ਾ ਤਸਕਰਾਂ ਦੀ ਰੀੜ ਦੀ ਹੱਡੀ ਨੂੰ ਤੋੜਨ ਲਈ ਕਮਰ ਕੱਸ ਲਈ ਹੈ। ਜੋ ਵੀ ਨਸ਼ਾ ਤਸਕਰ ਨਸ਼ੇ ਦੇ ਕਾਰੋਬਾਰ ਨਾਲ ਜਾਇਦਾਦ ਬਣਾਏਗਾ ਉਸਨੂੰ ਇਸੇ ਤਰ੍ਹਾਂ ਪੁਲਿਸ ਆਪਣੇ ਕਬਜ਼ੇ ਦੇ ਵਿੱਚ ਲੈ ਲਵੇ। ਪਟਿਆਲਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅੰਸ਼ੁਮਨ ਦੀ ਰਿਪੋਰਟ। ਉਸ ਤੋਂ ਬਾਅਦ ਮਤਲਬ 7000 ਗੋਲੀ ਦੇ ਵਿੱਚ ਬੰਦਾ ਫੜਿਆ ਗਿਆ ਰਜਿੰਦਰ ਕੁਮਾਰ ਜਿਹਦਾ ਜਿਹੜਾ 68F ਦੇ ਇੱਕ ਐਕਸ਼ਨ ਹੈਗੀ ਆ ਕਿ ਉਹ ਪਿਛਲਾ 5 ਸਾਲ ਤੱਕ ਉਹਨਾਂ ਨੇ ਕਿਹੜੀ ਪ੍ਰੋਪਰਟੀ ਬਣਾਈ ਅਤੇ ਉਹ ਅਸੀਂ ਜਦੋਂ ਇਹਨਾਂ ਦੀ ਪ੍ਰੋਪਰਟੀ ਸੰਭਾਲੀ ਇਹਨਾਂ ਨੇ ਇਹ ਪ੍ਰੋਪਰਟੀ ਜਿਹੜੀ ਆ 2015 ਬਣਾਈ ਉਹ ਵੈਰੀਫਾਈ ਹੋਈ ਫਿਰ ਇਹ ਜਿਹੜੀ ਫਾਈਂਡਿੰਗ ਅਥਾਰਟੀ ਆ ਦਿੱਲੀ ਦੇ ਵਿੱਚ ਇਹਨਾਂ ਦੀ ਮਤਲਬ ਜਿਹੜੀ ਆ ਪੇਸ਼ੀ ਪਈ ਕਾਗਜ਼ ਤਿਆਰ ਹੋ ਕੇ ਹੋਏ ਅਤੇ ਫਾਈਨਲ ਆਰਡਰ ਜਿਹੜਾ ਉੱਥੋਂ ਦਿੱਲੀ ਦੇ ਤੋਂ ਹੋ ਕੇ ਆਇਆ ਜਿਹੜੀ ਫਾਈਨਲ ਅਥਾਰਟੀ ਹੈਗੀ ਆ ਅਤੇ ਜਿਹੜੀ ਇਹਨਾਂ ਦੇ ਜਿਹੜਾ ਇਹ ਹਾਊਸ ਆ ਇਹਦੀ ਪ੍ਰਾਈਜ਼ ਜੋ ਮਤਲਬ ਮਾਰਕੀਟ ਪ੍ਰਾਈਜ਼ ਆ 20-25 ਲੱਖ ਦਾ ਹੈਗਾ ਅਤੇ ਉਹ ਅੱਜ ਜਿਹੜੀ ਆ ਜਿਹੜੀ ਪ੍ਰੋਪਰਟੀ ਆ ਉਹ ਕਰ ਦਿੱਤੀ ਹੈ ਅਤੇ ਇਹ ਹੁਣ ਸਾਰੇ ਵੇਚ ਸਕਣ ਦੇ ਨਾ ਕੁਝ ਲੈ ਲੈ ਸਕਣ ਦੇ ਅਤੇ ਉਹ ਜੋ ਹੈਗਾ ਫਰਦਰ ਅੱਗੇ ਫਿਰ ਜੋ ਚੀਜ਼ ਹੋਏਗਾ ਸਨੌਰ ਥਾਣੇ ਸਿਰ ਤੁਹਾਡੇ ਸਰਵਿਸ ਦੇ ਵਿੱਚ ਜਿਹੜੇ ਤੁਸੀਂ ਕਰ ਰਹੇ ਤਾਲੀਵਾਲ ਸਾਹਿਬ ਉੱਥੇ ਕਿੰਨੇ ਕਿਸ ਤਰ੍ਹਾਂ ਦੇ ਦਸਤਰ ਹੈ ਜਿਹਨਾਂ ਕੀ ਪ੍ਰੋਪਰਟੀ ਅਸੀਂ ਸਾਡੇ ਇੱਕ ਸਦਰ ਦਾ ਇੱਕ ਜੁਰਕਾ ਦੇ ਏਰੀਏ ਦੇ ਵਿੱਚ ਵੀ ਮੈਂ ਨਾਂ ਨਹੀਂ ਡਿਸਕਲੋਜ਼ ਕਰ ਫਾਈਨਲ ਆਰਡਰ ਨਹੀਂ ਆ ਜੇ ਅਸੀਂ ਸਾਰੇ ਮਤਲਬ ਪ੍ਰੋਪਰ DGP ਸਾਹਿਬ ਮਾਨਯੋਗ DGP ਸਾਹਿਬ SSP ਸਾਹਿਬ ਜਿਹੜੇ ਵਰਨ ਸ਼ਰਮਾ ਨੇ ਸਾਡੇ SSP ਬਟਾਲਾ ਉਹਨਾਂ ਨੇ ਬੜਾ ਨਿੱਜੀ ਧਿਆਨ ਦੇ ਕੇ ਸਾਰੇ ਜ਼ਿਲ੍ਹੇ 'ਚ ਇਹ ਪ੍ਰੋਸੈਸ ਚੱਲ ਰਿਹਾ ਅਤੇ ਮੇਰਾ ਖਿਆਲ ਆ ਲਾਰਜੈਸਟ ਇਹਨੂੰ ਤਾਂ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਬਹੁਤ ਇੱਦਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਫੋਰ ਫਿਚਰ ਕਰਦੇ ਹਨ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਵਾਸਤੇ ਖਾਸ ਤੌਰ 'ਤੇ ਉਹਨਾਂ ਨੂੰ ਜਿਹੜਾ ਮਨੋਵੈਜਨਿਕ ਤੌਰ 'ਤੇ ਇਸ ਤਰ੍ਹਾਂ ਆਪਾਂ ਉਹਨੂੰ ਤੋੜ ਸਕੀਏ ਉਸ ਪਰਿਵਾਰ ਨੂੰ ਦੇਸ਼ 'ਤੇ ਹਟ ਸਕਾਂ ਇਹ ਜਿਹੜੀ ਮੁਹਿੰਮ ਉਸ ਕਰਨ ਨਤੀਜੇ ਚੰਗੇ ਆਉਣੇ ਹਾਂ ਇਹ ਦੇਖੋ ਇਹ ਅਵੇਅਰਨੈਸ ਵੀ ਹੈ ਲੋਕਾਂ ਨੂੰ ਅੱਗੇ ਤੋਂ ਦਿਖੂਗਾ ਵੀ ਅਸੀਂ ਜੇ ਮਾੜਾ ਕੰਮ ਕਰਕੇ ਕੋਈ ਚੀਜ਼ ਬਣਾਈ ਆ ਸਮਗਲਿੰਗ ਕਰਕੇ ਕੋਈ ਚੀਜ਼ ਬਣਾਈ ਆ ਉਹ ਕਾਨੂੰਨ ਉਹਨੂੰ ਛੱਡਦਾ ਨਹੀਂ ਹੈ ਕਾਨੂੰਨ ਆਪਣੇ ਹੱਥ 'ਚ ਲੈ ਲੈਂਦਾ ਸੋ ਮੇਰੀ ਰਿਕੁਐਸਟ ਵੀ ਹੈ ਵੀ ਜਿਹੜਾ ਵੀ ਕੋਈ ਇੱਦਾਂ ਦਾ ਆਂਸਰ ਹੈਗਾ ਉਹ ਇਸ ਚੀਜ਼ ਤੋਂ ਬਾਜ਼ ਆਉਣ ਬਿਲਕੁਲ ਕੰਮ ਕਰਕੇ ਕੰਮ ਇਹ ਮਾੜਾ ਕੰਮ ਛੱਡ ਕੇ ਆਪਣੀ ਮਿਹਨਤ ਮਜ਼ਦੂਰੀ ਦਾ ਕੰਮ ਕਰਨ। ਥੈਂਕ ਯੂ।